84 ਦੇ ਵਿੱਚ ਉਹਨਾਂ ਦਰਿੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਮਨੀਪੁਰ ਵਰਗੀ ਘਟਨਾ ਅੱਜ ਦੁਬਾਰਾ ਨਹੀਂ ਸੀ ਵਾਪਰਨੀ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗਲਾਂ 'ਚ ਟਾਇਰ ਪਾ ਪਾ ਕੇ ਜਿਨ੍ਹਾਂ ਧੀਆਂ ਦੇ ਨਾਲ ਰੇਪ ਕੀਤੇ, ਚਾਸ, ਬੋਕਾਰੋ, ਕਾਨਪੁਰ, ਦਿੱਲੀ ਦੀ ਧਰਤੀ 'ਤੇ ਜੋ ਕੁਝ ਵਾਪਰਿਆ, ਜੇ ਕਿਤੇ ਉਦੋਂ ਕਾਨੂੰਨ ਹੁੰਦਾ ਕਿ ਵਾਕਿਆ ਯਾਰ ਇਹਨਾਂ ਨੂੰ ਸਜ਼ਾਵਾਂ ਦਿਓ ਤੁਸੀਂ, ਤਾਂ ਅੱਜ ਉਹਨਾਂ ਧੀਆਂ ਨਾਲ ਕਦੀ ਨਾ ਵਾਪਰਦਾ ਜਿਨ੍ਹਾਂ ਨੂੰ ਨਿਰਵਸਤਰ ਕਰਕੇ ਗਲੀਆਂ ਦੇ ਵਿੱਚ ਘੁਮਾਇਆ ਗਿਆ ਹੈ। ਯਾਰ ਧੀਆਂ ਤਾਂ ਧੀਆਂ ਨੇ, ਭਾਵੇਂ ਉਹ ਕਿਸੇ ਮਜ਼ਹਬ ਨਾਲ ਸੰਬੰਧ ਰੱਖਦੀਆਂ ਹੋਣ, ਪੂਰੀ ਤੁਹਾਨੂੰ ਹਿਸਟਰੀ ਵਿੱਚੋਂ ਸਿੱਖ ਇਤਿਹਾਸ ਵਿੱਚ ਕਿਤੇ ਇਦਾਂ ਦਾ ਨਹੀਂ ਮਿਲੇਗਾ ਜਿੱਥੇ ਕਿਤੇ ਦੁਸ਼ਮਣ ਦੀ ਵੀ ਧੀ ਭੈਣ ਨਾਲ ਕਿਸੇ ਸਿੱਖ ਨੇ ਇਦਾਂ ਕੀਤਾ ਹੋਵੇ। ਇਹ ਤੁਹਾਨੂੰ ਇਤਿਹਾਸ ਕਿਉਂ, ਕਿਉਂਕਿ ਕਰਤਾਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਇਹ ਸਿੱਖੀ ਸਿਧਾਂਤ ਸੀ ਕਿ ਦੁਸ਼ਮਣ ਦੀ ਵੀ ਧੀ ਭੈਣ ਵੱਲ ਸਿੱਖ ਬੁਰੀ ਨਜ਼ਰ ਦੇ ਨਾਲ ਨਹੀਂ ਸੀ ਵੇਖਦਾ। ਜੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਬਾਨੂ ਬੇਗਮ ਆਉਂਦੀ ਹੈ ਕਿ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਹੈ, ਤੇ ਬਾਨੂ ਬੇਗਮ ਨੂੰ ਹਰੀ ਸਿੰਘ ਨਲੂਆ ਇਹਨੇ ਪਿਆਰ ਨਾਲ ਸਮਝਾ ਕੇ ਤੁਰਦੇ ਨੇ ਕਿ ਮੈਨੂੰ ਹੀ ਆਪਣਾ ਪੁੱਤ ਬਣਾ ਲਾ, ਮੈਨੂੰ ਅੱਜ ਤੋਂ ਆਪ ਆਪਣਾ ਬੇਟਾ ਕਹਿਣਾ ਸ਼ੁਰੂ ਕਰ ਦੇ, ਮੈਂ ਤੇਰੇ ਵਿੱਚੋਂ ਆਪਣੀ ਮਾਂ ਵੇਖਾਂਗਾ। ਉਹਦੇ ਅੰਦਰ ਦੀਆਂ ਕਾਮ ਵਾਸ਼ਨਾਵਾਂ ਨੂੰ ਗੁਰਮਤਿ ਦੇ ਉਪਦੇਸ਼ ਨਾਲ ਠੰਡਿਆ ਕਰ ਦਿੱਤਾ ਸਰਦਾਰ ਹਰੀ ਸਿੰਘ ਨਲੂਏ ਨੇ। ਇਹ ਕਿਰਦਾਰ ਸੀ, ਇਹ ਕਰੈਕਟਰ ਸੀ ਜਿੱਥੋਂ ਅੱਜ ਅਸੀਂ ਹੇਠਾਂ ਜਾ ਰਹੇ ਹਾਂ। ਇਹ ਬੰਦਾ ਕੁਝ ਨਹੀਂ ਕਰਦਾ, ਫਿਰ ਤੇ 84 'ਚ ਜੋ ਕੁਝ ਸਾਡੇ ਨਾਲ ਹੋਇਆ, ਆਹ ਮਨੀਪੁਰ ਦੇ ਵਿੱਚ ਜੋ ਕੁਝ ਵਾਪਰਿਆ ਕਹਿ ਤੋ ਰੱਬ ਨੇ ਕੀਤਾ ਸਾਰਾ ਕੁਝ। ਜੇ ਕਿਤੇ 84 ਦੇ ਵਿੱਚ ਉਹਨਾਂ ਦਰਿੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਮਨੀਪੁਰ ਵਰਗੀ ਘਟਨਾ ਅੱਜ ਦੁਬਾਰਾ ਨਹੀਂ ਸੀ ਵਾਪਰਨੀ। ਜੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗਲਾਂ 'ਚ ਟਾਇਰ ਪਾ ਪਾ ਕੇ ਜਿਨ੍ਹਾਂ ਧੀਆਂ ਦੇ ਨਾਲ ਰੇਪ ਕੀਤੇ, ਚਾਸ, ਬੋਕਾਰੋ, ਕਾਨਪੁਰ, ਦਿੱਲੀ ਦੀ ਧਰਤੀ 'ਤੇ ਜੋ ਕੁਝ ਵਾਪਰਿਆ, ਜੇ ਕਿਤੇ ਉਦੋਂ ਕਾਨੂੰਨ ਹੁੰਦਾ ਕਿ ਵਾਕਿਆ ਯਾਰ ਇਹਨਾਂ ਨੂੰ ਸਜ਼ਾਵਾਂ ਦਿਓ ਤੁਸੀਂ, ਤੇ ਅੱਜ ਉਹਨਾਂ ਧੀਆਂ ਨਾਲ ਕਦੀ ਨਾ ਵਾਪਰਦਾ ਜਿਨ੍ਹਾਂ ਨੂੰ ਨਿਰਵਸਤਰ ਕਰਕੇ ਗਲੀਆਂ ਦੇ ਵਿੱਚ ਘੁਮਾਇਆ ਗਿਆ ਹੈ। ਯਾਰ ਧੀਆਂ ਤਾਂ ਧੀਆਂ ਨੇ, ਭਾਵੇਂ ਉਹ ਕਿਸੇ ਮਜ਼ਹਬ ਨਾਲ ਸੰਬੰਧ ਰੱਖਦੀਆਂ ਹੋਣ, ਪੂਰੀ ਤੁਹਾਨੂੰ ਹਿਸਟਰੀ ਵਿੱਚੋਂ ਸਿੱਖ ਇਤਿਹਾਸ ਵਿੱਚ ਕਿਤੇ ਇਦਾਂ ਦਾ ਨਹੀਂ ਮਿਲੇਗਾ ਜਿੱਥੇ ਕਿਤੇ ਦੁਸ਼ਮਣ ਦੀ ਵੀ ਧੀ ਭੈਣ ਨਾਲ ਕਿਸੇ ਸਿੱਖ ਨੇ ਇਦਾਂ ਕੀਤਾ ਹੋਵੇ। ਇਹ ਤੁਹਾਨੂੰ ਇਤਿਹਾਸ ਕਿਉਂ, ਕਿਉਂਕਿ ਕਰਤਾਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਇਹ ਸਿੱਖੀ ਸਿਧਾਂਤ ਸੀ ਕਿ ਦੁਸ਼ਮਣ ਦੀ ਵੀ ਧੀ ਭੈਣ ਵੱਲ ਸਿੱਖ ਬੁਰੀ ਨਜ਼ਰ ਦੇ ਨਾਲ ਨਹੀਂ ਸੀ ਵੇਖਦਾ। ਜੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਬਾਨੂ ਬੇਗਮ ਆਉਂਦੀ ਹੈ ਕਿ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਹੈ, ਤੇ ਬਾਨੂ ਬੇਗਮ ਨੂੰ ਹਰੀ ਸਿੰਘ ਨਲੂਆ ਇਹਨੇ ਪਿਆਰ ਨਾਲ ਸਮਝਾ ਕੇ ਤੁਰਦੇ ਨੇ ਕਿ ਮੈਨੂੰ ਹੀ ਆਪਣਾ ਪੁੱਤ ਬਣਾ ਲਾ, ਮੈਨੂੰ ਅੱਜ ਤੋਂ ਆਪ ਆਪਣਾ ਬੇਟਾ ਕਹਿਣਾ ਸ਼ੁਰੂ ਕਰ ਦੇ, ਮੈਂ ਤੇਰੇ ਵਿੱਚੋਂ ਆਪਣੀ ਮਾਂ ਵੇਖਾਂਗਾ। ਉਹਦੇ ਅੰਦਰ ਦੀਆਂ ਕਾਮ ਵਾਸ਼ਨਾਵਾਂ ਨੂੰ ਗੁਰਮਤਿ ਦੇ ਉਪਦੇਸ਼ ਨਾਲ ਠੰਡਿਆ ਕਰ ਦਿੱਤਾ ਸਰਦਾਰ ਹਰੀ ਸਿੰਘ ਨਲੂਏ ਨੇ। ਇਹ ਕਿਰਦਾਰ ਸੀ, ਇਹ ਕਰੈਕਟਰ ਸੀ ਜਿੱਥੋਂ ਅੱਜ ਅਸੀਂ ਹੇਠਾਂ ਜੱਡ ਕੇ, ਝੜ, ਝੱਖੜ, ਉਹਾੜ, ਲਹਿਰੀ, ਵਹਿਣ, ਲਖੇਸ਼ਰੀ, ਸਤਿਗੁਰ ਸਿਉ ਲਾਏ ਬੇੜੇ ਡੁੱਬਣ ਨਾਹੇ ਪਾਓ। ਬੰਦੇ ਦੇ ਅੰਦਰ ਝੜ ਹੈ, ਝੜੀ ਲੱਗੀ ਹੋਈ ਹੈ, ਝੱਖੜ ਹਨੇਰ ਆ ਰਿਹਾ ਹੈ, ਝੜ, ਝੱਖੜ, ਉਹਾੜ, ਲਹਿਰੀ, ਵਹਿਣ, ਲਖੇਸ਼ਰੀ, ਸਤਿਗੁਰ ਸਿਉ ਲਾਏ ਬੇੜੇ ਡੁੱਬਣ ਨਾਹੇ ਪਾਓ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵੇਖੋ, ਬੰਦੇ ਦੇ ਐਸ ਬ੍ਰੇਨ ਵਿੱਚ ਇੱਥੇ ਦਿਮਾਗ ਦੇ ਵਿੱਚ ਝੜ ਵੀ ਆਉਂਦਾ ਹੈ, ਝੱਖੜ, ਝੜ, ਝੱਖੜ, ਉਹਾੜ, ਲਹਿਰੀ, ਵਹਿਣ, ਲਖੇਸਰੀ, ਸਤਿਗੁਰ ਸਿਉ ਅਲਾਏ ਬੇੜੇ ਡੁੱਬਣ ਨਾਹੇ ਪਹੋ। ਝੜ, ਝੜੀ ਲੱਗੀ, ਹੁਣ ਝੜੀ ਕੀ ਹੁੰਦੀ ਹੈ, ਨਿੱਕੀ ਨਿੱਕੀ ਬੂੰਦਾਬਾਂਦੀ ਹੋਈ ਜਾਂਦੀ ਹੈ, ਵਿਕਾਰਾਂ ਦੀ ਝੜੀ ਲੱਗੀ ਹੈ, ਮਾੜੇ ਵਿਚਾਰ ਡਿੱਗੀ ਜਾਂਦੇ ਨੇ, ਮਾੜੇ ਖਿਆਲ ਆਈ ਜਾਂਦੇ। ਝੜ, ਝੱਖੜ, ਝੱਖੜ ਕੀ ਕਰਦਾ, ਜਦੋਂ ਝੱਖੜ ਵਗਦਾ ਦਰਖਤਾਂ ਨੂੰ ਪੁੱਟ ਕੇ ਸੁੱਟ ਜਾਂਦਾ, ਅੰਦਰ ਕਾਮ ਵਾਸ਼ਨਾਵਾਂ ਦੇ ਝੱਖੜ ਚੱਲਦੇ ਨੇ, ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਜਾਂਦਾ ਕਾਮ ਵਾਸ਼ਨਾਵਾਂ ਦਾ ਝੱਖੜ। ਝੜ, ਝੱਖੜ, ਉਹਾੜ, ਉਹਾੜ ਆਉਂਦੇ ਨੇ ਹੜ ਨੂੰ, ਜਿਵੇਂ ਹੜ ਆਏ ਨੇ ਨਾ, ਇੱਥੇ ਵੀ ਹੜ ਆਉਂਦੇ ਨੇ। ਇਹ ਕਿਤੇ